ਜਵਾਨ ਫਿਲਮ ਨੂੰ ਦਰਸ਼ਕਾਂ ਦਾ ਰਿਕਾਰਡ ਤੋੜ ਪਿਆਰ ਮਿਲ ਰਿਹਾ ਹੈ ਫਿਲਮ ਨੇ ਆਪਣੇ ਪਹਿਲੇ 5 ਦਿਨਾਂ ਦੇ ਅੰਦਰ ਅੰਦਰ ਹੀ ਇੰਡੀਆ ਵਿੱਚ 300 ਕਰੋੜ ਤੇ ਵਰਲਡਵਾਈਡ 500 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ ਪਰ ਉਹ ਕਿਹੜੇ ਸੀਨਸ ਸੀ ਜਿਨ੍ਹਾਂ ਨੇ ਇਸ ਫਿਲਮ ਨੂੰ ਇੰਨਾ ਵੱਡਾ ਬਣਾ ਦਿੱਤਾ ਉਹ ਅਸੀਂ ਤੁਹਾਨੂੰ ਦੱਸਾਂਗੇ ਜਵਾਨ ਫਿਲਮ ਦੇ ਉਹ 6 ਸੀਨਸ ਜਿਨ੍ਹਾਂ ਨੂੰ ਦੇਖ ਕੇ ਲੋ ਕੰਡੇ ਖੜੇ ਹੋ ਜਾਂਦੇ ਨੇ ਜਵਾਨ ਦੇ ਸ਼ੁਰੂਆਤੀ ਹਿੱਸੇ ਵਿੱਚ ਜਦੋਂ ਸ਼ਾਹਰੁਖ ਖਾਨ ਦਾ ਕਿਰਦਾਰ ਕੁੜੀਆਂ ਦੀ ਟੀਮ ਦੇ ਨਾਲ ਰਲ ਕੇ ਮੈਟਰੋ ਟ੍ਰੇਨ ਹਾਈਜੈਕ ਕਰਦਾ ਹੈ ਤੇ ਉੱਥੇ ਇੱਕ ਬੀਬੀ ਦੇ ਗੋਲੀ ਵੀ ਮਾਰ ਦਿੰਦਾ ਹੈ ਉਸੇ ਟ੍ਰੇਨ ਵਿੱਚ ਵਿਲਨ ਦੀ ਕੁੜੀ ਵੀ ਹੁੰਦੀ ਹੈ ਜਦੋਂ ਸ਼ਾਹਰੁਖ ਖਾਨ ਦਾ ਕਿਰਦਾਰ ਐਗਰੀਕਲਚਰ ਮਿਨਿਸਟਰ ਤੋਂ ਇਹਨਾਂ ਪੈਸੇਂਜਰਸ ਨੂੰ ਛੱਡਣ ਦੇ ਬਦਲੇ 40000 ਕਰੋੜ ਦੀ ਡਿਮਾਂਡ ਕਰਦਾ ਹੈ ਤੇ ਵਿਲਨ ਦੀ ਕੁੜੀ ਕਹਿੰਦੀ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੇ ਕੰਮ ਕਰਦੇ ਹੋਏ ਉਦੋਂ ਤੱਕ ਦਰਸ਼ਕਾਂ ਨੂੰ ਵੀ ਲੱਗਦਾ ਹੈ ਵੀ ਸ਼ਾਹਰੂਖ ਖਾਨ ਇੱਕ 네ਗੇਟਿਵ ਕੈਰੈਕਟਰ ਪਲੇ ਕਰ ਰਿਹਾ ਹੈ ਪਰ ਜਦੋਂ ਸਾਨੂੰ ਪਤਾ ਚੱਲਦਾ ਹੈ ਵੀ ਇਹ 40000 ਕਰੋੜ ਗਰੀਬ ਕਿਸਾਨਾਂ ਦੇ ਅਕਾਊਂਟ ਵਿੱਚ ਟਰਾਂਸਫਰ ਹੋਣੇ ਨੇ ਤੇ ਨਾਲ ਨਾਲ ਦਰਸ਼ਕਾਂ ਨੂੰ ਸ਼ਾਹਰੂਖ ਖਾਨ ਦੀ ਹੀ ਟੀਮ ਦੀ ਇੱਕ ਕੁੜੀ ਦੀ ਕਹਾਣੀ ਦਿਖਾਈ ਜਾਂਦੀ ਹੈ ਵੀ ਕਿਵੇਂ ਬਸ ਇੱਕ ਟਰੈਕਟਰ ਦਾ ਲੋਨ ਵਾਪਸ ਨਾ ਹੋਣ ਤੇ ਬੈਂਕ ਵਾਲਿਆਂ ਨੇ ਉਸ ਕੁੜੀ ਦੇ ਪਿਓ ਯਾਨੀ ਕਿ ਇੱਕ ਗਰੀਬ ਕਿਸਾਨ ਨੂੰ ਉਸੇ ਵੀ ਤਰੀਕੇ ਨਾਲ ਸਾਹਮਣੇ ਨੰਗਾ ਕਰ ਦਿੱਤਾ ਇੰਨੀ ਜ਼ਿਲਤ ਤੋਂ ਬਾਅਦ ਉਹ ਕਿਸਾਨ ਨੇ ਖੁਦਕੁਸ਼ੀ ਕਰ ਲਈ ਇਹ ਦੇਖ ਦੇ ਦਰਸ਼ਕਾਂ ਦੇ ਕਲਯੇਜੇ ਵਿੱਚ ਅੱਗ ਵੀ ਲੱਗਦੀ ਹੈ ਤੇ ਅੱਖਾਂ ਵਿੱਚ ਹੰਝੂ ਵੀ ਆਉਂਦੇ ਨੇ ਆਪਣੇ ਦੇਸ਼ ਦਾ ਹਾਲ ਵੇਖ ਕੇ ਵੀ ਵੱਡੇ ਵੱਡੇ ਬਿਜ਼ਨਸਮੈਨ ਇੱਥੇ ਕਰੋੜਾਂ ਦਾ ਲੋਨ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਗਰੀਬ ਕਿਸਾਨਾਂ ਨੂੰ ਲੱਖ 2 ਲੱਖ ਲਈ ਆਪਣੀ ਜਾਨ ਦੇਣੀ ਪੈਂਦੀ ਹੈ ਫਿਲਮ ਦੇ ਅਗਲੇ ਹਿੱਸੇ ਵਿੱਚ ਦੇਸ਼ ਦਾ ਹੈਲਥ ਮਿਨਿਸਟਰ ਵੱਡੇ-ਵੱਡੇ ਦਾਅਵੇ ਕਰ ਰਿਹਾ ਹੁੰਦਾ ਹੈ ਸਰਕਾਰੀ ਹਸਪੀਟਲਸ ਦੀਆਂ ਫੈਸਿਲਿਟੀਆਂ ਬਾਰੇ ਸ਼ਾਹਰੁਖ ਖਾਨ ਤੇ ਉਹਨਾਂ ਦੀ ਗਰਲ ਗੈਂਗ ਮਿਨਿਸਟਰ ਨੂੰ ਗੋਲੀ ਮਾਰ ਕੇ ਉਸੇ ਸਰਕਾਰੀ ਹਸਪੀਟਲ ਵਿੱਚ ਸੱਟ ਦਿੰਦੀ ਹੈ ਜਿੱਥੇ ਡਾਕਟਰਸ ਕੋਲ ਬੇਸਿਕ ਤੋਂ ਬੇਸਿਕ ਚੀਜ਼ ਵੀ ਨਹੀਂ ਹੁੰਦੀ ਮਿਨਿਸਟਰ ਦੀ ਜਾਨ ਦੇ ਬਦਲੇ ਡਿਮਾਂਡ ਕੀਤੀ ਜਾਂਦੀ ਹੈ ਵੀ 5 ਘੰਟਿਆਂ ਦੇ ਵਿੱਚ ਵਿੱਚ ਸਾਰੇ ਸਰਕਾਰੀ ਹਸਪੀਟਲਸ ਨੂੰ ਵਰਲਡ ਕਲਾਸ ਬਣਾ ਦਿੱਤਾ ਜਾਵੇ ਉੱਥੇ ਜਦੋਂ ਮਿਨਿਸਟਰ ਦੀ ਟੀਮ ਵੱਲੋਂ ਇਹਨਾਂ ਲੋਕਾਂ ਤੇ ਕਿਸੇ ਦੀ ਜਾਨ ਨਾਲ ਖੇਡਣ ਦੇ aarop ਲਾਏ ਜਾਂਦੇ ਨੇ ਤੇ ਉੱਥੇ ਦਰਸ਼ਕਾਂ ਨੂੰ ਦਿਖਾਇਆ ਜਾਂਦਾ ਹੈ ਉਹ ਟਾਈਮ ਜਦੋਂ ਇੱਕ ਡਾਕਟਰ ਨੂੰ ਆਕਸੀਜਨ ਸਿਲੰਡਰ ਨਹੀਂ ਮਿਲਦੇ ਤੇ ਕਈ ਬੱਚੇ ਸਿਸਟਮ ਦੀ ਲਾਪਰਵਾਹੀ ਦੇ ਕਾਰਨ ਆਪਣੀ ਜਾਨ ਗਵਾ ਦਿੰਦੇ ਨੇ ਇਹ ਇੱਕ ਰੀਅਲ ਸਟੋਰੀ ਹੈ ਯੂਪੀ ਦੇ ਇੱਕ ਡਾਕਟਰ ਕਫੀਲ ਖਾਨ ਦੀ ਸਾਲ 2017 ਦੀ ਗੱਲ ਹੈ ਹਸਪੀਟਲ ਵਿੱਚ ਆਕਸੀਜਨ ਦੀ ਸਪਲਾਈ ਕੱਟ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੇ ਇਧਰੋਂ ਉਧਰੋਂ ਸਿਲੰਡਰ ਅਰੇਂਜ ਕੀਤੇ ਕੁਝ ਆਪਣੇ ਪੈਸੇ ਨਾਲ ਵੀ ਖਰੀਦੇ ਫੇਰ ਵੀ ਉਹ ਕੁਝ ਪੇਸ਼ੈਂਟਸ ਦੀ ਜਾਨ ਨਹੀਂ ਬਚਾ ਪਾਏ ਪਰ ਪ੍ਰਾਈਵੇਟ ਪ੍ਰੈਕਟਿਸ ਦੇ ਝੂਠੇ aarop ਲਾ ਕੇ ਉਹਨਾਂ ਨੂੰ 9 ਮਹੀਨੇ ਲਈ ਜੇਲ੍ਹ ਵਿੱਚ ਸੱਟ ਦਿੱਤਾ ਗਿਆ ਤਾਂ ਕਿ ਸਰਕਾਰ ਤੇ ਸਿਸਟਮ ਦੀਆਂ ناکਾਮੀਆਂ ਨੂੰ ਛੁਪਾਇਆ ਜਾ ਸਕੇ ਦੇਸ਼ ਦਾ ਇਹ ਹਾਲ ਵੇਖ ਕੇ ਦਰਸ਼ਕ ਇੱਕ ਵਾਰ ਫਿਰ ਸੁੰਨ ਹੋ ਜਾਂਦੇ ਨੇ ਉਹ ਫੌਜੀ ਨੂੰ ਕਿਵੇਂ ਮਹਿਸੂਸ ਹੋਏਗਾ ਜਦੋਂ ਜੰਗ ਦੇ ਮੈਦਾਨ ਵਿੱਚ ਸਰਕਾਰ ਨੇ ਜਿਹੜੇ ਹਥਿਆਰ ਉਹਦੇ ਹੱਥ ਵਿੱਚ ਦੇ ਕੇ ਭੇਜੇ ਨੇ ਉਹ ਦੁਸ਼ਮਣ ਦੇ ਸਾਹਮਣੇ ਚੱਲਣ ਹੀ ਨਾ ਜਿਹੜੇ ਦੇਸ਼ ਲਈ ਫੌਜੀ ਹਮੇਸ਼ਾ jaan ਦੇਣ ਲਈ ਤਿਆਰ ਰਹਿੰਦੇ ਨੇ ਉਸ ਦੇਸ਼ ਨੂੰ ਉਹਨਾਂ ਦੀ jaan ਦੀ ਬਿਲਕੁਲ ਵੀ ਪਰਵਾਹ ਨਹੀਂ ਇਹੀ ਹੋਇਆ ਸੀ ਨਾ ਮੁੰਬਈ ਬੰਬ ਧਮਾਕਿਆਂ ਵਿੱਚ ਜਿੱਥੇ ਕਈ ਪੁਲਿਸ ਵਾਲਿਆਂ ਦੀਆਂ ਪਿਸਟਲਸ ਤੇ ਰਾਈਫਲਸ ਚੱਲੀਆਂ ਹੀ ਨਹੀਂ ਸੀ ਤੇ ਉਹਨਾਂ ਨੂੰ ਆਪਣੀ jaan ਗਵਾਣੀ ਪੈ ਗਈ ਸੀ ਜਵਾਨ ਫਿਲਮ ਵੀ ਉਹਨਾਂ ਹੀ ਕਹਾੜੀਆਂ ਯਾਦਾਂ ਨੂੰ ਇੱਕ ਵਾਰ ਫੇਰ ਤਾਜ਼ਾ ਕਰਦੀ ਹੈ ਤੇ ਆਰਮਜ਼ ਡੀਲਿੰਗ ਵਿੱਚ ਜਿਹੜਾ ਕਰਪਸ਼ਨ ਹੁੰਦਾ ਹੈ ਉਸ ਨੂੰ ਜਗ ਜाहिर ਕਰਦੀ ਹੈ ਫਿਲਮ ਦਾ ਇੱਕ ਹੋਰ ਸੀਨ ਜਿੰਨੂੰ ਦੇਖ ਕੇ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਫਿਲਮ ਦੇ ਇੰਟਰਵਲ ਕੋ ਲਾ ਕੇ ਜਦੋਂ ਲਗਭਗ ਲਗਭਗ ਇਹ ਤੈਅ ਹੋ ਜਾਂਦਾ ਹੈ ਵੀ ਹੁਣ ਸ਼ਾਹਰੂਖ ਖਾਨ ਨੂੰ ਕੋਈ ਨਹੀਂ ਬਚਾ ਪਾਏਗਾ ਉੱਥੇ ਹੁੰਦਾ ਹੈ ਫਿਲਮ ਦਾ ਸਭ ਤੋਂ ਵੱਡਾ ਤਮਾਕਾ ਜਦੋਂ ਸ਼ਾਹਰੂਖ ਖਾਨ ਨੂੰ ਬਚਾਨ ਲਈ ਖੁਦ ਦੂਜਾ ਸ਼ਾਹਰੂਖ ਖਾਨ ਹੁੰਦਾ ਹੈ ਤੇ ਇਹ ਰਿਵੀਲ ਹੁੰਦਾ ਹੈ ਵੀ ਫਿਲਮ ਵਿੱਚ ਸ਼ਾਹਰੂਖ ਖਾਨ ਦਾ ਡਬਲ ਰੋਲ ਹੈ ਉੱਥੇ ਤਾਂ ਥੀਏਟਰ ਦਾ ਮਾਹੌਲ ਹੀ ਵੱਖਰਾ ਸੀ ਸੀਟੀਆਂ ਕੂਕਾਂ ਕੀ ਨਹੀਂ ਕਰ ਰਹੀ ਸੀ ਲੋਕ ਐਂਡ ਇਹ ਮੈਂ ਸਵੇਰੇ 7:30 ਵਜੇ ਵਾਲੇ ਸ਼ੋਅ ਦੀ ਗੱਲ ਕਰ ਰਿਹਾ ਜਿੱਥੇ ਕਈਆਂ ਦੀ ਉਦੋਂ ਤੱਕ ਅੱਖ ਨਹੀਂ ਖੁੱਲੀ ਹੋਣੀ ਉੱਥੇ ਐਸ ਆਰ ਕੇ ਦੇ ਫੈਨਸ ਨੇ ਥੀਏਟਰ ਸਿਰ ਤੇ ਚੱਕ ਲਿਆ ਸੀ ਐਂਡ ਫਿਰ ਜਦੋਂ ਉਹ ਡਾਇਲੋਗ ਆਉਂਦਾ ਹੈ ਵੀ ਬੇਟੇ ਕੋ ਹੱਥ ਲਗਾਉਣੇ ਸੇ ਪਹਿਲੇ ਬਾਪ ਸੇ ਬਾਤ ਕਰ ਉਦੋਂ ਤੱਕ ਦਰਸ਼ਕ ਛਲਾਂਗਾ ਹੀ ਮਾਰ ਰਹੇ ਸੀ ਕੁਰਸੀਆਂ ਤੇ ਕਮਲੇ ਹੋ ਗਏ ਸੀ ਏ ਸੀ ਸੀਨ ਆਫ ਦ ਫਿਲਮ ਫਿਲਮ ਦੇ ਕਲਾਈਮੈਕਸ ਸੀਨ ਵਿੱਚ ਜਦੋਂ ਸ਼ਾਹਰੁਖ ਖਾਨ ਦੀ ਟੀਮ ਉਹਨਾਂ ਕੰਟੇਨਰਸ ਤੇ ਅਟੈਕ ਕਰਦੀ ਹੈ ਜਿਨ੍ਹਾਂ ਵਿੱਚ ਇਲੈਕਸ਼ਨਸ ਲਈ ਪੈਸਾ ਲੈ ਕੇ जाया ਜਾ ਰਿਹਾ ਹੁੰਦਾ ਹੈ ਤੇ ਉਹ ਚੇਸ ਸੀਕੁਐਂਸ ਦੇਖਣ ਵਾਲਾ ਸੀ ਵਿਲਨ ਦੇ ਬੰਦਿਆਂ ਦੀਆਂ ਗੱਡੀਆਂ ਇੱਕ ਤੋਂ ਬਾਅਦ ਇੱਕ ਆ ਰਹੀਆਂ ਹੁੰਦੀਆਂ ਨੇ ਤੇ ਸ਼ਾਹਰੁਖ ਖਾਨ ਦੀ ਟੀਮ ਜਿਸ ਜਿਸ ਤਰੀਕੇ ਦੇ ਨਾਲ ਉਹਨਾਂ ਗੱਡੀਆਂ ਨੂੰ ਖਤਮ ਕਰਦੀ ਹੈ ਉਹ ਇੰਟਰਸਟਿੰਗ ਵੀ ਸੀ ਫਨੀ ਵੀ ਸੀ ਤੇ ਅੱਖਾਂ ਲਈ ਇੱਕ ਵਿਜ਼ੂਅਲ ਟ੍ਰੀਟ ਵੀ ਕਿਸੇ ਗੱਡੀ ਤੇ ਆਂਡਿਆਂ ਨਾਲ ਅਟੈਕ ਹੁੰਦਾ ਹੈ ਕਿਸੇ ਗੱਡੀ ਨੂੰ ਪੈਰਾਸ਼ੂਟ ਵਿੱਚ ਫਸਾ ਲਿਆ ਜਾਂਦਾ ਹੈ ਤੇ ਕਿਸੇ ਥੱਲੇ ਕਿਲ ਛੱਟ ਦਿੱਤੇ ਜਾਂਦੇ ਨੇ ਹਾਈ ਔਨ ਲਾਈਵ ਚੇਸ ਸੀਕੁਐਂਸ ਵਿੱਚ ਵੀ ਕਿਵੇਂ ਤੁਸੀਂ ਦਰਸ਼ਕਾਂ ਦੇ ਚਿਹਰੇ ਤੇ ਹਸੀ ਲੈ ਕੇ ਆ ਸਕਦੇ ਹੋ ਉਹ ਇਹ ਫਿਲਮ ਤੁਹਾਨੂੰ ਕਰਕੇ ਦਿਖਾਉਂਦੀ ਹੈ ਇੱਕ ਸੀਨ ਜਿਹੜਾ ਜਵਾਨ ਫਿਲਮ ਨੂੰ ਬਹੁਤ ਹੀ ਜ਼ਿਆਦਾ ਰੈਲੇਵੈਂਟ ਬਣਾਉਂਦਾ ਹੈ ਉਹ ਸੀ ਵੀ ਜਦੋਂ ਸ਼ਾਹਰੂਖ ਖਾਨ ਫੋਰਥ ਵਾਲ ਬ੍ਰੇਕ ਕਰਕੇ ਦਰਸ਼ਕਾਂ ਦੇ ਨਾਲ ਡਾਇਰੈਕਟ ਆਪ ਗੱਲ ਕਰਦੇ ਨੇ ਵੀ ਐਦਾਂ ਹੀ ਮੂੰਹ ਚੁੱਕ ਕੇ ਵੋਟ ਨਾ ਪਾਇਆ ਕਰੋ ਆਪਣੇ ਨੇਤਾ ਕੋਲੋਂ ਸਵਾਲ ਪੁੱਛਿਆ ਕਰੋ ਉਹਦੇ ਕੋਲੋਂ ਜਵਾਬ ਮੰਗਿਆ ਕਰੋ ਵੀ ਉਹਨੇ ਪਿਛਲੇ 5 ਸਾਲਾਂ ਵਿੱਚ ਕੀਤਾ ਕੀ ਹੈ ਬੰਦਾ ਦੁਕਾਨ ਤੇ 100 ਰੁਪਈਆਂ ਦੀ ਵੀ ਸ਼ੈ ਲੈਣ ਜਾਏ ਨਾ ਦੁਕਾਨਦਾਰ ਕੋਲੋਂ 10 ਸਵਾਲ ਪੁੱਛਦਾ ਹੈ ਵੀ ਇਹ ਠੀਕ ਤੇ ਚੱਲੇਗੀ ਕੋਈ ਖਰਾਬੀ ਤੇ ਨਹੀਂ ਕਰੇਗੀ ਤੇ ਹੋਰ ਬੜਾ ਕੁਝ ਪਰ ਆਪਣਾ ਨੇਤਾ ਚੁੜਨ ਲੱਗਿਆ ਉਹ ਇੱਕ ਵੀ ਸਵਾਲ ਨਹੀਂ ਕਰਦਾ ਐਦਾਂ ਕਿਉਂ ਫਿਲਮ ਦਾ ਇਹ ਹਿੱਸਾ ਜ਼ਰੂਰੀ ਇਸ ਲਈ ਵੀ ਸੀ ਵੀ ਅਗਲੇ ਸਾਲ ਵੋਟਾਂ ਆ ਰਹੀਆਂ ਨੇ ਮੋਦੀ ਕੋਲੋਂ ਸਵਾਲ ਕੀਤੇ ਜਾਣ ਜਿਹੜੇ ਕਿ ਸ਼ਾਇਦ ਪਿਛਲੇ 10 ਸਾਲਾਂ ਵਿੱਚ ਕਿਸੇ ਨੇ ਨਹੀਂ ਕੀਤੇ ਬਹੁਤ ਘੱਟ ਮੌਕੇ ਆਉਂਦੇ ਨੇ ਜਦੋਂ ਸਿਨੇਮਾ ਕੋਈ ਬਦਲਾਅ ਲੈ ਕੇ ਆਉਣ ਦੀ ਗੱਲ ਕਰਦਾ ਹੈ 3 ਇਡੀਅਟਸ ਤੇ ਰੰਗ ਦੇ ਬਸੰਤੀ ਵਰਗੀਆਂ ਫਿਲਮਾਂ ਇਹ ਕੰਮ ਕਰ ਚੁੱਕੀਆਂ ਨੇ ਤੇ ਜਵਾਨ ਵੀ ਉਹੀ ਕਰਨ ਦੀ ਕੋਸ਼ਿਸ਼ ਕਰਦੀ ਹੈ ਜੇ ਵੀਡੀਓ ਪਸੰਦ ਆਈ ਹੋਵੇ ਤੇ ਐਦਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰ ਲਓ ਸਰਦਾਸਟਿਕ ਚੈਨਲ